ਜਿੰਨੇ ਤੁਸੀਂ ਪਹੁੰਚੇ ਹੋ ਜੀ ਆਪਣੇ ਚੈਨਲ ਤੇ, ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ। ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ, ਖਾਸ ਕਰਕੇ ਗੱਡੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ। ਅਤੇ ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਏਰੀਏ 'ਚੋਂ ਆਪਾਂ ਲੈ ਕੇ ਪਹੁੰਚੇ ਹਾਂ, ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ, ਉੱਪਰ ਹਮੇਸ਼ਾ ਚਿੱਟੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੀ। ਨੰਬਰ ਆਪਣਾ 7174-95-43-360। ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ, ਕੋਠੀ ਦੀ, ਘਰ ਦੀ, ਮਕਾਨ ਦੀ, ਕੋਈ ਗੱਡੀ, ਮੋਟਰਸਾਈਕਲ, ਆਪਣੇ ਕੋਲ ਵੀਡੀਓ ਜਾਣਕਾਰੀ, ਫੋਟੋ ਆਪਣੇ ਨੰਬਰ 'ਤੇ ਭੇਜ ਦਿਓ। ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ i10 ਲੈ ਕੇ ਪਹੁੰਚੇ ਹਾਂ, ਪੈਟਰੋਲ 'ਤੇ ਗੱਡੀ ਹੈ ਜੀ, 2008 ਮਾਡਲ ਗੱਡੀ ਹੈ ਅਤੇ 2028 ਤੱਕ ਇਸ ਗੱਡੀ ਦੀ ਪਾਸਿੰਗ ਪਈ ਹੈ। ਗੱਡੀ ਇਕੱਲੀ ਪੈਟਰੋਲ 'ਤੇ ਚੱਲੀ ਹੋਈ ਹੈ, ਕੋਈ CNG ਵਗੈਰਾ ਨਹੀਂ ਲੱਗੀ ਹੋਈ। ਗੱਡੀ ਵਧੀਆ ਜੀ, ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ। ਡਿਮਾਂਡ ਦੀ ਗੱਲ ਕਰੀ, 1,35,000 ਰੁਪਇਆ ਮਾਲਕ ਨੇ ਮੰਗਿਆ, ਮੱਖੂ ਮਾਲਕ ਦਾ ਏਰੀਆ ਸੀ। ਨਵੇਂ ਟਾਇਰਾਂ 'ਚ ਗੱਡੀ ਹੈ, ਕੰਡੀਸ਼ਨ ਆਲੋਕੇ ਆ ਜੀ, ਅੰਦਰੋਂ ਵੀ ਗੱਡੀ ਪੂਰੀ ਵਧੀਆ, ਬਾਹਰੋਂ ਵੀ ਪੂਰੀ ਵਧੀਆ। ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਮੱਖੂ ਜਾ ਕੇ ਦੇਖ ਲਓ, ਨੰਬਰ ਵਾਈਜ਼ ਦਾ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਸੀ। ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ 7357-0-5252। ਨੰਬਰ ਸੈਕਿੰਡ 'ਤੇ ਆਪਣੇ ਕੋਲ ਐਂਡੀਗੋ ਗੱਡੀ ਪਹੁੰਚੀ ਆ, 2011 ਮਾਡਲ ਗੱਡੀ ਹੈ, 2027 ਤੱਕ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜਾਊਗੀ। 1-10 ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਹੈ। ਮਾਲਕ ਦਾ ਏਰੀਆ ਤਾਰਨ ਤਾਰਨ ਹੈ ਜੀ, ਅਤੇ 1-10 ਦੇ ਵਿੱਚੋਂ ਜਿਹੜਾ ਰੇਟ ਹੈ ਮੌਕੇ 'ਤੇ ਘਾਟਾ ਵਾਧਾ ਹੋ ਜੂਗਾ। ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ, ਤਾਰਨ ਤਾਰਨ ਮਾਲਕ ਦਾ ਏਰੀਆ। ਕਿਸੇ ਨੂੰ ਗੱਡੀ ਪਸੰਦ ਆਈ ਹੈ, ਕੋਈ ਵੀ ਦੇਖਣ ਦਾ ਚਾਹਵਾਨ ਜੇਕਰ ਹੈਗਾ, ਜਾ ਕੇ ਦੇਖਣੀ ਹੈ, ਤੁਸੀਂ ਜਾ ਕੇ ਦੇਖ ਲਿਓ। 85-90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ। ਕੋਈ ਨੁਕਸ ਨਹੀਂ ਗੱਡੀ 'ਚ, ਨਾ ਕੋਈ ਡੈਮੇਜ, ਨਾ ਕੋਈ ਗਲੀ ਸੜੀ, ਵਧੀਆ ਗੱਡੀ ਹੈ। ਤਾਰਨ ਤਾਰਨ ਮਾਲਕ ਦਾ ਏਰੀਆ, ਜਾ ਕੇ ਦੇਖ ਸਕਦੇ ਹੋ। ਬਾਕੀ ਸਾਰਾ ਕੁਛ ਤੁਹਾਨੂੰ ਮੈਂ ਦਿਖਾਈ ਦਿੱਤਾ ਜੀ, ਗੱਡੀ ਦਾ ਚਾਰੇ ਪਾਸੋਂ ਫੋਟੋਆਂ ਵਧੀਆ ਇਹਨਾਂ ਨੇ ਖਿੱਚ ਕੇ ਭੇਜੀਆਂ, ਅਤੇ ਨੰਬਰ ਵੀ ਤੁਹਾਨੂੰ ਮੈਂ ਸਾਰਿਆਂ ਨੂੰ ਨੋਟ ਕਰਵਾ ਦੇਣਾ ਜਿਨ੍ਹਾਂ ਦੀ ਗੱਡੀ ਆ। ਹਾਂ, ਮਾਲਕ ਨਾਲ ਤੁਸੀਂ ਗੱਲ ਕਰ ਲਿਓ ਆਪੇ, 8962-18-431। ਨੰਬਰ 3 'ਤੇ ਆਪਣੇ ਕੋਲ ਕਰੋਲਾ ਗੱਡੀ ਮਾਲਕ ਨੇ ਇੱਕ ਭੇਜੀ ਆ ਸੇਲ ਵਾਸਤੇ। ਗੱਡੀ ਦਾ ਮਾਡਲ 2006 ਹੈ ਅਤੇ 90,000 ਵਿੱਚ ਇਹਨਾਂ ਨੇ ਸੇਲ ਕਰਨੀ ਹੈ। ਗੱਡੀ ਦਾ ਏਰੀਆ ਅੰਮ੍ਰਿਤਸਰ ਹੈ ਜੀ, ਜਾ ਕੇ ਕਿਸੇ ਨੇ ਦੇਖਣੀ ਗੱਡੀ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ। 80-85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ। ਗੱਡੀ 'ਚ ਕੋਈ ਕਮੀ ਨਹੀਂ, ਵਧੀਆ ਗੱਡੀ ਆ, ਸੋਹਣੀ ਸਾਫ਼ ਸੁਥਰੀ। ਜਾ ਕੇ ਕਿਸੇ ਨੇ ਦੇਖਣੀ, ਕਿਸੇ ਨੇ ਚਲਾ ਕੇ ਦੇਖਣੀ, ਤੁਸੀਂ ਜਾ ਕੇ ਦੇਖ ਸਕਦੇ ਹੋ। ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ, ਕਿ ਮਰਜ਼ੀ ਚਲਾ ਕੇ ਦੇਖ ਲਓ, ਮਾਲਕ ਕਹਿੰਦੇ ਹਰ ਪਾਸੇ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ ਜੀ। ਬਾਕੀ ਅੰਮ੍ਰਿਤਸਰ ਜਾ ਕੇ ਤੁਸੀਂ ਦੇਖ ਲਓ, ਗੱਡੀ ਨੂੰ ਦੇਖ ਲਓ, ਟਰਾਈ ਲੈ ਲਿਓ, ਇੰਜਨ ਗੇਅਰ ਚੈੱਕ ਕਰਨਾ, ਇੰਜਨ ਗੇਅਰ ਦੇਖ ਲਓ, ਬਾਕੀ ਸਾਰਾ ਕੁਛ ਆਪਦਾ ਦੇਖ ਕੇ ਅਤੇ ਪੂਰੀ ਆਪਦੀ ਪੁੱਛ ਪੜਤਾਲ ਕਰਕੇ ਮਾਲਕ ਤੋਂ ਫਿਰ ਗੱਡੀ ਨੂੰ ਖਰੀਦ ਸਕਦੇ ਹੋ। ਨੰਬਰ ਮਾਲਕ ਦਾ 81-969-94-377। ਗੱਲਬਾਤ ਕਰ ਲਿਓ। ਇੱਕ ਆਪਾਂ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੀ ਆ ਜੀ, ਹੁਣ 2006 ਮਾਡਲ ਗੱਡੀ ਆਪਣੇ ਕੋਲ ਪਹੁੰਚੀ ਆ। ਗੱਡੀ ਦਾ ਰੇਟ ਸਿਰਫ 69,000 ਰੁਪਇਆ ਮਾਲਕ ਨੇ ਲਾਇਆ ਜੀ। ਦਿੜਬਾ ਮਾਲਕ ਦਾ ਏਰੀਆ ਅਤੇ ਟਾਇਰਾਂ ਦੀ ਕੰਡੀਸ਼ਨ 70-75 ਪੈਸੇ। ਗੱਡੀ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਆਪਾਂ ਨੂੰ ਚੰਗੀ ਮਿਲੂਗੀ। ਦਿੜਬੇ ਗੱਡੀ ਖੜ੍ਹੀ ਹੈ, ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ, ਕਿਸੇ ਨੇ ਚਲਾ ਕੇ ਜੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ। ਬਾਕੀ ਰੇਟ ਵੀ ਵਧੀਆ ਗੱਡੀ ਦਾ, ਅਤੇ ਚਲਾ ਕੇ ਦੇਖ ਸਕਦੇ ਹੋ, ਅਤੇ ਬਾਕੀ ਜਿਹੜਾ ਰੇਟ ਆ ਮੌਕੇ 'ਤੇ ਹੋਰ ਵੀ ਘੱਟ ਵਾਧਾ ਹੋ ਜੂਗਾ, ਮਾਲਕ ਨੇ ਕਿਹਾ ਗਾ। ਅੰਦਰੋਂ ਗੱਡੀ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ, ਜਾ ਕੇ ਕਿਸੇ ਨੇ ਦੇਖਣੀ ਹੈ, ਕਿਸੇ ਨੇ ਚਲਾ ਕੇ ਦੇਖਣੀ ਹੈ, ਟਾਇਰ ਟੱਪਾ ਦੇਖਣਾ, ਸਾਰਾ ਕੁਛ ਤੁਸੀਂ ਦਿੜਬੇ ਜਾ ਕੇ ਦੇਖ ਲਿਓ ਜੀ। ਮਾਲਕ ਦਾ ਨੰਬਰ 98-785-21-446। ਗੱਲਬਾਤ
ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ, ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ। ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ। ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ। ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ, ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਆ, ਘਰ ਆ, ਮਕਾਨ ਹੈ, ਕੁਛ ਵੀ ਹੈ, ਚਾਹੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਅਤੇ 10-12 ਫੋਟੋਆਂ ਜੀ, ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7714945360। ਜੇ ਕਿਸੇ ਨੇ ਐਡ ਕਰਵਾਉਣੀ ਹੈ, ਚਾਹੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੁਛ ਵੀ ਹੈ, ਆਪਣੇ ਕੋਲ ਭੇਜ ਦਿਆ ਕਰੋ। ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦਾ ਪੈਡ ਲਗਾ ਦੇਵਾਂਗੇ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ। ਜੇ ਵਧੀਆ ਲੱਗੀ ਹੈ, ਚੰਗੀ ਲੱਗੀ ਹੈ, ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ, ਉਹਨੂੰ ਲਾਜ਼ਮੀ ਦੱਬ ਦਿਓ। ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਕਰ ਦਿਆ ਕਰੋ। ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ, ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ i10, ਇੱਕ ਹੋਰ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ। ਪਿੱਛੇ ਗੱਡੀ ਦੇਖੀ ਸੀਗੀ, ਇੱਕ ਹੋਰ i10 CNG ਔਨ ਪੇਪਰ ਹੈ ਜੀ। ਆਹ ਗੱਡੀ CNG 'ਤੇ ਆ, 2009 ਮਾਡਲ ਗੱਡੀ ਆ, ਰੇਟ 80,000 ਰੁਪਇਆ ਮਾਲਕ ਨੇ ਕਿਹਾ ਹੈਗਾ। ਮਲੋਟ ਖੜ੍ਹੀ ਹੈ ਗੱਡੀ ਅਤੇ ਨਵੇਂ ਟਾਇਰਾਂ 'ਚ, ਅੰਦਰੋਂ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ। ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ, ਜਾ ਕੇ ਦੇਖ ਸਕਦੋ। ਕਿਸੇ ਨੇ ਚਲਾ ਕੇ ਦੇਖਣੀ, ਚਲਾ ਕੇ ਦੇਖ ਸਕਦੋ। ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਗਲੀ ਸੜੀ ਨਹੀਂ, ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਆ। ਜਾ ਕੇ ਦੇਖਣੀ ਕਿਸੇ ਨੇ, ਜਾ ਕੇ ਦੇਖ ਸਕਦੋ ਜੀ। ਬਾਕੀ 80,000 ਦੇ ਵਿੱਚੋਂ ਰੇਟ ਮੌਕੇ 'ਤੇ ਘਾਟਾ ਵਾਧਾ ਹੋ ਜੂਗਾ। ਕਿਸੇ ਨੇ ਦੇਖਣੀ ਆ, ਚਲਾ ਕੇ ਦੇਖਣੀ ਆ, ਤੁਸੀਂ ਮਲੋੜ ਜਾ ਕੇ ਆਪੇ ਦੇਖ ਲਿਓ ਜੀ। ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ ਮਾਲਕ ਦਾ, 6286-5243-43। ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ, ਅਤੇ ਕਿਸੇ ਨੇ ਐਡ ਕਰਵਾਉਣੀ ਹੈ, ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਕਹਿ ਦੇਣਾ, ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ 7014945-43-360। ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਸਾਰਾ ਕੁਝ ਜੀ। ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ, ਮਾਰੂਤੀ 800 2007 ਮਾਡਲ ਗੱਡੀ ਹੈ ਜੀ, 0.2 ਵਾਲਾ ਇੰਜਣ ਹੈ ਜੀ। 59,000 ਰੁਪਇਆ ਦੀ ਇਹਨਾਂ ਨੇ ਦੇਣੀ ਹੈ, ਮੌਕੇ 'ਤੇ ਘਾਟਾ ਵਾਧਾ ਹੋ ਜਾਊਗਾ। ਬਟਾਲੇ ਗੱਡੀ ਖੜ੍ਹੀ ਹੈ, 80-85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ। ਜਿਹੜਾ 59,000 ਤੁਹਾਨੂੰ ਮੈਂ ਰੇਟ ਕਿਹਾ ਹੈਗਾ, ਆਹ ਇੱਕ ਡਿਮਾਂਡ ਹੈ, ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ। ਅਤੇ ਜਿਨ੍ਹਾਂ ਦੀ ਗੱਡੀ ਹੈ, ਮਾਲਕ ਦਾ ਨੰਬਰ 98-157-23-196। ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ। ਅਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਆਪਾਂ ਹਰ ਰੋਜ਼ ਕਮੈਂਟ ਪੜ੍ਹਦੇ ਹੁੰਦੇ ਹਾਂ। ਪਹਿਲਾ ਕਮੈਂਟ ਆਪਣੇ ਕੋਲ ਲਖਵੀਰ ਸਿੰਘ ਦਾ ਪਹੁੰਚਿਆ ਜੀ, ਮੇਰੇ ਭਰਾ ਨੇ ਜੀ ਇਹ। ਅਤੇ ਇਹਨਾਂ ਨੇ ਕਿਹਾ, ਇਹਨਾਂ ਨੇ ਕਮੈਂਟ ਕੀਤਾ, ਅਤੇ ਬਾਈ ਜੀ ਇਹ ਦੱਸੋ ਕਿ ਕਿਹੜਾ ਮਾਡਲ ਗੱਡੀ ਹੈ ਅਤੇ ਜ਼ਿਲ੍ਹੇ ਦਾ ਨੰਬਰ ਹੈ, ਕਿਹੜੇ ਜ਼ਿਲ੍ਹੇ ਦਾ ਨੰਬਰ ਹੈ, ਅਤੇ ਮੈਂ ਖਰੀਦਣ ਲਈ ਸਹਿਮਤ ਹਾਂ ਜੀ। ਆ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਭਾਅ ਜੀ, ਉਹਦੇ ਵਿੱਚ ਜਿਹੜੀ ਤੁਸੀਂ ਗੱਡੀ ਦੇਖੀ ਹੈ, ਉਹਦੇ ਵਿੱਚ ਇੱਕ ਮਾਲਕ ਦਾ ਨੰਬਰ ਵੀ ਹੋਊਗਾ ਵੀਡੀਓ 'ਚ। ਜਿਹਦੀ ਗੱਡੀ ਆ, ਉਸੇ ਮਤਲਬ ਕਿ ਐਡ ਦੇ ਵਿੱਚ ਮਾਲਕ ਦਾ ਨੰਬਰ ਨੀਚੇ ਚੱਲਦਾ ਹੋਊਗਾ, ਉਸ ਮਾਲਕ ਨਾਲ ਤੁਸੀਂ ਗੱਲ ਕਰਨੀ ਹੈ, ਅਤੇ ਜਿਹੜੀ ਵੀ ਜਾਣਕਾਰੀ ਲੈਣੀ ਹੈ ਤੁਹਾਨੂੰ ਸਾਰਾ ਕੁਝ ਮਾਲਕ ਆਪੇ ਦੱਸ ਦੇਣਗੇ। ਅਤੇ ਦੂਸਰੇ ਨੰਬਰ 'ਤੇ ਆਪਣੇ ਕੋਲ ਕਮੈਂਟ ਪਹੁੰਚਿਆ, ਗੁਲਾਬਗੜ, ਇਹਨਾਂ ਨੇ ਗੁਲਾਬਗੜ ਲਿਖਿਆ ਹੋਇਆ, ਅਤੇ ਇਹਨਾਂ ਦਾ ਕਮੈਂਟ ਹੈ, ਵੀਰ ਜੀ ਕੀ ਗੱਲ ਹੈ, ਆਪਣੀ ਐਡ ਕਿਉਂ ਨਹੀਂ ਲਗਾਉਂਦੇ? ਆ ਕਿਸ ਚੀਜ਼ ਦੀ ਐਡ ਤੁਸੀਂ ਭੇਜੀ ਹੋਈ ਹੈ ਜੀ, ਤੁਸੀਂ ਮੈਨੂੰ ਲਿਖੋ ਜੀ ਵਟਸਐਪ 'ਤੇ, ਦੁਬਾਰਾ ਭੇਜ ਦਿਓ, ਕਈ ਵਾਰੀ ਉੱਪਰ ਨੀਚੇ ਹੋ ਜਾਂਦੀ ਆ। ਬਾਕੀ ਮੈਨੂੰ ਤੁਸੀਂ 10 ਲਾਜ਼ਮੀ ਦਿਓ ਕਮੈਂਟ ਕਰਕੇ ਵੀ ਕਿਸ ਚੀਜ਼ ਦੀ ਐਡ ਹੈ, ਅਤੇ ਆਪਾਂ ਦੇਖ ਲਾਂਗੇ ਜੀ। ਅਗਲਾ ਕਮੈਂਟ ਆਪਣੇ ਕੋਲ ਮਨੀਸ਼ ਸੰਧੂ, ਇਹਨਾਂ ਨੇ ਕਿਹਾ, ਲਾਈਸ ਵਾਲੇ ਮੋਟਰਸਾਈਕਲ ਦਾ ਨੰਬਰ ਕਿੰਨਾ ਜੀ?
ਮਾਲਕ ਦਾ ਨੰਬਰ ਕਿੰਨਾ ਜੀ? ਉਹ ਤੁਸੀਂ ਚੈੱਕ ਕਰ ਲਓ ਜੀ ਵੀਡੀਓ 'ਚ ਹੀ ਦੱਸਿਆ ਆਪਾਂ, ਅਤੇ ਤੁਹਾਨੂੰ ਸਾਰਾ ਕੁਛ ਪਤਾ ਲੱਗ ਜੂਗਾ, ਤੁਸੀਂ ਵੀਡੀਓ ਦੇਖੋ ਜੀ। ਬਾਕੀ ਕਮੈਂਟ ਆਪਾਂ ਕੱਲ੍ਹ ਨੂੰ ਪੜ੍ਹਾਂਗੇ, ਅੱਜ ਲਈ ਬਸ ਇੰਨੇ ਕਮੈਂਟ ਜੀ। ਅਤੇ ਬਾਕੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ, ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ।